ਚੀਨ ਹੁਣ ਸਭ ਤੋਂ ਅਮੀਰ ਮੁਲਕ ਬਣ ਚੁੱਕਿਆ ਚੀਨ ਜੀ ਡਰ ਗਿਆ ਉਹਨਾਂ ਨੇ ਘਬਰਾ ਕੇ ਸੇਣਾ ਪਿੱਛੇ ਕਰਤੀ ਅੱਗੇ ਕਰਤੀ ਇਹਨਾਂ ਦਾ ਇਸੇ ਗੱਲਾਂ ਵਿੱਚ ਧਿਆਨ ਆ ਪਰ ਦੇਸ਼ ਦੀ ਤਰੱਕੀ ਕਿਵੇਂ ਕਰਨੀ ਹੈ ਜਾਂ ਨਹੀਂ ਉਹਨਾਂ ਵੱਲ 1% ਵੀ ਧਿਆਨ ਨਹੀਂ ਚੀਨ ਹੁਣ ਅਜਿਹੇ ਆ ਦੇਸ਼ ਬਣ ਚੁੱਕਿਆ ਜਿਨ੍ਹਾਂ ਕੋਲ ਸਾਰੀ ਦੁਨੀਆ ਦੀ ਸੰਪਤੀ ਦਾ ਤੀਜਾ ਹਿੱਸਾ ਸਿਰਫ ਚੀਨ ਕੋਲੇ ਆ ਅਮਰੀਕਾ ਹੁਣ ਦੂਜੇ ਨੰਬਰ ਤੇ ਚਲਾ ਗਿਆ ਤੇ ਭਾਰਤ ਦੀ ਗੱਲ ਕਰੀਏ ਤਾਂ ਉਹ ਨੇੜੇ ਤੇੜੇ ਵੀ ਨਹੀਂ ਤਾਂ ਇਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਕਿ ਕਿਵੇਂ ਦੁਨੀਆ ਤਰੱਕੀ ਕਰ ਰਹੀ ਹੈ ਪਰ ਆਪਣਾ ਜੋ ਦੇਸ਼ ਆ ਇੱਕ ਦੂਜੇ ਨੂੰ ਨਿੰਦ ਕੇ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਕਰਦਾ ਜੋ ਨਾਕਾਮਯਾਬ ਰਹੀਆਂ ਨੇ ਚੀਨ ਦਾ ਸਮਾਨ ਨਾ ਵਰਤੋ ਜੀ ਇਹਦਾ ਵਰਤਨਾ ਫੇਰ ਛੱਡਣਗੇ ਨਾ ਜੇਕਰ ਉੱਥੋਂ ਬਾਰਡਰ ਦਾ ਆਉਣਾ ਦਿੱਤਾ ਜਾਵੇ ਜੇਕਰ ਉਹਨਾਂ ਨਾਲ ਸਮਝੌਤੇ ਨਾ ਕੀਤੇ ਜਾਣ ਸਤਿ ਸ੍ਰੀ ਅਕਾਲ ਜੀ ਲੋਕਅੱਜ ਟੀਵੀ ਦੇਖ ਰਹੇ ਤੁਸੀਂ ਮੈਂ ਹਮਤਾਇ ਟੱਲਾ ਦੋਸਤੋ ਚੀਨ ਬਣ ਚੁੱਕਿਆ ਦੁਨੀਆ ਦਾ ਸਭ ਤੋਂ ਅਮੀਰ ਮੁਲਕ ਜੀ ਹਾਂ ਕੱਲ ਟੀਓ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਵੱਲੋਂ ਜੋ ਉਹਨਾਂ ਦਾ ਕੀਤਾ ਗਿਆ ਸਰਵੇ ਉਸ ਦੇ ਦੌਰਾਨ 20 ਸਾਲਾਂ ਬਾਅਦ ਸਰਵੇ ਕਰਦੇ ਆ ਕਿ ਕਿਸ ਦੀ ਸੰਪਤੀ ਵੱਧ ਰਹੀ ਆ ਤਾਂ ਚੀਨ ਹੁਣ ਅਮਰੀਕਾ ਨੂੰ ਪਛਾੜ ਕੇ ਨੰਬਰ 1 ਤੇ ਆ ਚੁੱਕਿਆ ਚੀਨ ਸਭ ਤੋਂ ਅਮੀਰ ਮੁਲਕ ਬਣ ਚੁੱਕਿਆ ਪੂਰੀ ਦੁਨੀਆ ਦਾ ਇਸ ਤੋਂ ਪਹਿਲਾਂ ਇਹ ਤਗਮਾ ਅਮਰੀਕਾ ਕੋਲ ਸੀ ਪਰ ਉਹ ਹੁਣ ਚੀਨ ਨੇ ਖੋਲਿਆ ਜੇ ਉਹਨਾਂ ਦੀ ਸੰਪਤੀ ਦੀ ਗੱਲ ਕਰੀਏ ਤਾਂ 2000 ਸਨ ਵਿੱਚ ਉਹਨਾਂ ਦੀ ਜੋ ਸੰਪਤੀ ਸੀ ਉਹ ਸੀ 7 ਖਰਬ ਡਾਲਰ ਤਾਂ ਹੁਣ ਜੋ ਉਹਨਾਂ ਦੀ 3 ਗੁਣਾ ਤੋਂ ਵੀ ਵੱਧ ਕੇ 120 ਖਰਬ ਡਾਲਰ ਹੋ ਚੁੱਕੀ ਆ ਤਾਂ ਬਹੁਤ ਹੀ ਜ਼ਿਆਦਾ ਵੱਧ ਗਈ ਉਹਨਾਂ ਦੀ ਸੰਪਤੀ ਇਸ ਕਾਰਨ ਉਹ ਅਮਰੀਕਾ ਨੂੰ ਪਛਾੜ ਕੇ ਨੰਬਰ 1 ਤੇ ਆ ਚੁੱਕਿਆ ਨੇ ਚੀਨ ਦੇਸ਼ ਹੁਣ ਸਭ ਤੋਂ ਅਮੀਰ ਮੁਲਕ ਬਣ ਚੁੱਕਿਆ ਚੀਨ ਦੀ ਗੱਲ ਕਰੀਏ ਤਾਂ ਉਹ ਜੇਕਰ ਕਿਸੇ ਹੋਰ ਦੇਸ਼ ਦੀ ਕੋਈ ਚੀਜ਼ ਵੀ ਨਹੀਂ ਵਰਤਦਾ ਪਰ ਸਾਰੀ ਦੁਨੀਆ ਹੀ ਚੀਨ ਦੀ ਬਣਾਏ ਹੋਏ ਸਮਾਨ ਅਤੇ ਉਹਨਾਂ ਦੁਆਰਾ ਕੱਢੇ ਗਏ ਨਵੇਂ ਪ੍ਰੋਡਕਟ ਵਰਤਦੇ ਹਨ ਜੇਕਰ ਕੋਈ ਹੋਰ ਕੰਪਨੀ ਹੋਵੇ ਜੇਕਰ ਅਮਰੀਕਾ ਦੀ ਕੋਈ ਕੰਪਨੀ ਹੈ ਤਾਂ ਚੀਨ ਉਸ ਦੀ ਸਮਾਨ ਨੂੰ ਵੀ ਆਪਣੇ ਦੇਸ਼ ਵਿੱਚ ਮੈਨੂਫੈਕਚਰ ਕਰਕੇ ਵਰਤਦੀ ਆ ਸਿੱਧਾ ਉਹਨਾਂ ਦਾ ਨਾਮ ਨਹੀਂ ਆਉਣ ਦਿੰਦੇ ਅੱਗੇ ਤਾਂ ਅਮਰੀਕਾ ਦੀ ਗੱਲ ਕਰੀਏ ਤਾਂ ਵਰਲਡ ਬੈਂਕ ਵੀ ਅਮਰੀਕਾ ਵਿੱਚ ਆ ਹੌਣ ਦੇ ਬਾਵਜੂਦ ਵੀ ਉਥੋਂ ਦੇ ਪ੍ਰਾਪਰਟੀ ਰੇਟ ਇਸ ਵਾਰ ਬਹੁਤ ਘਟ ਗਏ ਜਿਸ ਦੇ ਕਰ ਉਹਨਾਂ ਦੀ ਸੰਪਤੀ ਵਿੱਚ ਡਾਊਨਫਾਲ ਦੇਖਣ ਨੂੰ ਮਿਲਿਆ ਅਤੇ ਚੀਨ ਹੁਣ ਸਭ ਤੋਂ ਅਮੀਰ ਮੁਲਕ ਬਣ ਚੁੱਕਿਆ ਗੱਲ ਕਰੀਏ ਭਾਰਤ ਦੀ ਭਾਰਤੀ ਸਰਕਾਰ ਅਤੇ ਭਾਰਤ ਦਾ ਮੀਡੀਆ 24 ਘੰਟੇ ਇੱਕੋ ਹੀ ਰੈਟ ਲਾਈ ਰੱਖਦਾ ਕਿ ਚੀਨ ਖਬਰ ਆ ਗਿਆ ਚੀਨ ਡਰ ਗਿਆ ਤਾਂ ਉਹਨਾਂ ਨੂੰ ਵੀ ਸ਼ਰਮ ਆਣੀ ਚਾਹੀਦੀ ਆ ਕਿਉਂਕਿ ਭਾਰਤ ਦਾ ਰੈਂਕ 150 ਤੋਂ ਵੀ ਪਿੱਛੇ ਆ ਚੀਨ ਹੁਣ ਸਭ ਤੋਂ ਅਮੀਰ ਮੁਲਕ ਹੈ ਦੁਨੀਆ ਦਾ ਤੇ ਭਾਰਤ 150 ਤੋਂ ਪਿੱਛੇ ਆ ਇਹਨਾਂ ਦਾ ਰੈਂਕ ਜੋ ਆ ਤਾ 24 ਘੰਟੇ ਕੋ ਰਟ ਲਈ ਰੱਖਦੇ ਆ ਚੀਨ ਜੀ ਡਰ ਗਿਆ ਉਹਨਾਂ ਨੇ ਘਬਰਾ ਕੇ ਸੇਣਾ ਪਿੱਛੇ ਕਰਤੀ ਅੱਗੇ ਕਰਤੀ ਇਹਨਾਂ ਦਾ ਇਸੇ ਗੱਲਾਂ ਵਿੱਚ ਧਿਆਨ ਆ ਪਰ ਦੇਸ਼ ਦੀ ਤਰੱਕੀ ਕਿਵੇਂ ਕਰਨੀ ਆ ਜੀ ਨਹੀਂ ਉਹਨਾਂ ਵੱਲ 1% ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤਾਂ ਇਹਨਾਂ ਨੂੰ ਵੀ ਸ਼ਰਮ ਆਣੀ ਚਾਹੀਦੀ ਹੈ ਕਿ ਕਿਵੇਂ ਦੁਨੀਆ ਤਰੱਕੀ ਕਰ ਰਹੀ ਆ ਪਰ ਆਪਣਾ ਜੋ ਦੇਸ਼ ਆ ਇੱਕ ਦੂਜੇ ਨੂੰ ਨਿੰਦ ਕੇ ਇੱਕ ਦੂਜੇ ਨੂੰ ਗਲਤ ਬੋਲ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਜੋ ਨਾਕਾਮਯਾਬ ਰਹੀਆਂ ਨੇ ਤਾਂ ਹੁਣ ਅਮਰੀਕਾ ਦੀ ਜੋ ਸੰਪਤੀ ਸੀ ਉਹ ਦੁਗਣੀ ਹੋਈ ਆ ਪਰ ਚੀਨ ਦੀ 2000 ਸਾਲ 2020 ਤੱਕ ਇਹ 20 ਸਾਲਾਂ ਬਾਅਦ ਜੋ ਸਰਵੇ ਕੀਤਾ WTO World Trade Organization ਨੇ ਤਾਂ ਉਸ ਵਿੱਚ ਚੀਨ ਦੀ ਸੰਪਤੀ ਤਿੰਨ ਗੁਣਾ ਤੋਂ ਵੀ ਵੱਧ ਵਧੀ ਆ 7 ਖਰਬ ਡਾਲਰ ਤੋਂ ਲੈ ਕੇ ਹੁਣ 120 ਖਰਬ ਡਾਲਰ ਉਹਨਾਂ ਕੋਲੇ ਸੰਪਤੀ ਆ ਗੱਲ ਕਰੀਏ ਦੁਨੀਆ ਦੀ ਸੰਪਤੀ ਜੋ ਇੱਕ ਸਰਵੇ ਕੀਤਾ ਉਹਨਾਂ ਵੱਲੋਂ ਕਿ ਦੁਨੀਆ ਦੇ ਜਿੰਨੇ ਅਮੀਰ ਲੋਕ ਨੇ 10% ਕਿ ਨਹੀਂ ਦੁਨੀਆ ਬਾਕੀ 90% ਕੋਲ ਸੰਪਤੀ ਆ ਉਨੀ ਹੀ ਸੰਪਤੀ ਉਹਨਾਂ 10% ਲੋਕਾਂ ਕੋਲ ਵੀ ਆ ਤੇ ਦੇਸ਼ਾਂ ਦੀ ਗੱਲ ਕਰੀਏ ਤਾਂ ਚੀਨ ਹੁਣ ਅਜਿਹਾ ਦੇਸ਼ ਬਣ ਚੁੱਕਿਆ ਜਿਨ੍ਹਾਂ ਕੋਲ ਸਾਰੀ ਦੁਨੀਆ ਦੀ ਸੰਪਤੀ ਦਾ ਤੀਜਾ ਭਾਗ ਸਿਰਫ ਚੀਨ ਕੋਲੇ ਆ ਜੀ ਹਾਂ 514 ਟ੍ਰਿਲੀਅਨ ਡਾਲਰ ਜੋ ਹੈ ਉਹ ਪੂਰੀ ਦੁਨੀਆ ਦੀ ਸੰਪਤੀ ਆ ਉਸ ਵਿੱਚੋਂ ਸਿਰਫ ਜੋ ਤੀਜਾ ਭਾਗ ਆ ਉਹ ਸਿਰਫ ਇਕੱਲੇ ਚੀਨ ਕੋਲੇ ਆ ਇਹ ਵੀ ਇੱਕ ਕਾਰਨ ਹੈ ਕਿ ਚੀਨ ਨੰਬਰ 1 ਤੇ ਆ ਚੁੱਕਿਆ ਅਮਰੀਕਾ ਹੁਣ ਦੂਜੇ ਨੰਬਰ ਤੇ ਚਲਾ ਗਿਆ ਤੇ ਭਾਰਤ ਦੀ ਗੱਲ ਕਰੀਏ ਤਾਂ ਉਹ ਨੇੜੇ ਤੇੜੇ ਵੀ ਨਹੀਂ ਭਾਰਤ ਇੱਕ ਗਰੀਬ ਦੇਸ਼ਾਂ ਦੀ ਗਿਣਤੀ ਵਿੱਚ ਜਾ ਰਿਹਾ ਹੌਲੀ ਹੌਲੀ ਤਾਂ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਤਰੱਕੀ ਕਿਸ ਹਿਸਾਬ ਨਾਲ ਕਰਨੀ ਆ ਸਿਰਫ ਗੱਲਾਂ ਨਾਲ ਨਹੀਂ ਕੁਝ ਕੰਮ ਕਰਨ ਨਾਲ ਹੁੰਦੀ ਆ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਦੋਸਤੋ ਜੋ ਚੀਨ ਆ ਦੇਸ਼ ਉਹ ਆਪਣੇ ਬਣਾਏ ਹੋਏ ਪ੍ਰੋਡਕਟ ਵਰਤਦਾ ਕਿਸੇ ਹੋਰ ਦੇਸ਼ ਵੱਲੋਂ ਅਸੈਂਬਲ ਕੀਤੇ ਜਾਂ ਮੈਨੂਫੈਕਚਰ ਕੀਤੀ ਚੀਜ਼ ਉਹ ਆਪਣੇ ਦੇਸ਼ ਵਿੱਚ ਨਹੀਂ ਆਉਣ ਦਿੰਦੇ ਉਹ ਉਸ ਨੂੰ ਦੁਬਾਰਾ ਅਸੈਂਬਲ ਕਰਦੇ ਨੇ ਜਾਂ ਉਹਨਾਂ ਤੋਂ ਉਹਨਾਂ ਦੇ ਅਧਿਕਾਰ ਲੈ ਕੇ ਖੁਦ ਬਣਾਉਂਦੇ ਨੇ ਜਿਵੇਂ ਹੁਣ ਗੱਲ ਕਰੀਏ ਕੰਪਨੀ Apple ਦੀ Apple ਕੰਪਨੀ ਅਮਰੀਕਾ ਦੀ ਆ ਪਰ ਉਹ ਉਹਨਾਂ ਦੇ ਜੋ iPhone ਨੇ ਜਾਂ laptop ਕੋਈ ਵੀ ਪ੍ਰੋਡਕਟ ਨਹੀਂ ਆਪਣੇ ਦੇਸ਼ ਵਿੱਚ ਖੁਦ ਅਸੈਂਬਲ ਕਰਦੇ ਨੇ ਫਿਰ ਉਹ ਵਰਤਦੇ ਨੇ ਕਿਸੇ ਦੀ ਚੀਜ਼ ਨਹੀਂ ਵਰਤਦੇ ਪਰ ਪੂਰੀ ਦੁਨੀਆ ਹੀ ਚੀਨ ਦੁਆਰਾ ਬਣਾਏ ਗਏ ਪ੍ਰੋਡਕਟ ਦਾ ਪ੍ਰੋਡਕਟ ਦੀ ਵਰਤੋਂ ਕਰਦੀ ਆ ਆਪਣੇ ਦੇਸ਼ ਵਿੱਚ ਵੀ ਆਖਿਆ ਜਾਂਦਾ ਕਿ ਚੀਨ ਦਾ ਸਮਾਨ ਨਾ ਵਰਤੋ ਜੀ ਇਹਦਾ ਵਰਤਣਾ ਫੇਰ ਛੱਡਣਗੇ ਨਾ ਜੇਕਰ ਉੱਥੋਂ ਬਾਰਡਰ ਦਾ ਆਉਣਾ ਦਿੱਤਾ ਜਾਵੇ ਜੇਕਰ ਉਹਨਾਂ ਨਾਲ ਸਮਝੌਤੇ ਨਾ ਕੀਤੇ ਜਾਣ ਤਾਂ ਇਹ ਸਿਰਫ ਬੇਬੁਨਿਆਦੀ ਗੱਲਾਂ ਨੇ ਦੇਸ਼ ਨੂੰ ਸੋਚਣਾ ਚਾਹੀਦਾ ਕਿ ਤੁਹਾਡਾ ਰੈਂਕ 150 ਤੋਂ ਵੀ ਪਿੱਛੇ ਆ ਤੇ ਚੀਨ ਇਸ ਵਕਤ ਦੁਨੀਆ ਦਾ ਸਭ ਤੋਂ ਅਮੀਰ ਮੁਲਕ ਬਣ ਚੁੱਕਿਆ ਤਾਂ ਤੁਹਾਨੂੰ ਅੱਜ ਦੱਸਿਆ ਅਸੀਂ ਚੀਨ ਦੇ ਸਭ ਤੋਂ ਅਮੀਰ ਹੋਣ ਬਾਰੇ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲਈ ਦੇਖਦੇ ਰਹੋ ਲੋਕ ਅਵਾਜ਼ ਟੀਵੀ ਧੰਨਵਾਦ